ਗਿਆਨ ਦਾ ਪ੍ਰਕਾਸ਼ ਪੂਰਬ ਵੱਲੋਂ ਹੀ ਆਵੇਗਾ। ਕੈਨੇਡਾ ਵਿੱਚ ਹਿੰਦੁਸਤਾਨੀ ਵੀਰਾਂ ਦੀ ਸਹਾਇਤਾ ਕਰਨ ਲਈ ਨਿਊਯਾਰਕ ਤੋਂ ਵੈਨਕੂਵਰ ਦੇ ਰਸਤੇ ਜਾਂਦਿਆਂ ਸੰਤ ਤੇਜਾ ਸਿੰਘ ਜੀ ਸ਼ਿਕਾਗੋ ਠਹਿਰੇ। ਉੱਥੇ ਪਾਦਰੀ ਜੌਨਸ, ਜੋ ਇੱਕ ਬੜੇ ਸੱਜਣ ਅਤੇ ਵਿਦਵਾਨ ਪੁਰਸ਼ ਸਨ ਅਤੇ ਸ਼ਿਕਾਗੋ ਦੇ ਸਭ ਤੋਂ ਵੱਡੇ ਯੂਨੀਟੇਰੀਅਨ ਚਰਚ ਵਿੱਚ ਉਪਦੇਸ਼ ਕਰਦੇ ਸਨ, ਨਾਲ ਮੇਲ ਹੋਇਆ। ਪਰਸਪਰ ਬਚਨ ਵਿਲਾਸ ਦੇ ਮਗਰੋਂ ਧਰਮ 'ਤੇ ਵਾਰਤਾਲਾਪ ਹੋਈ। ਸਹਿ ਸੁਭਾਏ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਹਿਮਾ ਅਤੇ ਗੁਰਬਾਣੀ ਦੀ ਵਿਚਾਰ ਸੁਣ ਕੇ ਪਾਦਰੀ ਜੀ ਖਾਸ ਰੰਗ ਵਿੱਚ ਆ ਗਏ ਅਤੇ ਕੁਰਸੀ ਤੋਂ ਖੜ੍ਹੇ ਹੋ ਕੇ ਜੋਸ਼ ਵਿੱਚ ਕਹਿਣ ਲੱਗੇ, ਬ੍ਰਦਰ ਤੇਜਾ ਸਿੰਘ, ਲਾਈਟ ਸ਼ੈਲ ਅਗੇਨ ਕਮ ਫਰੋਮ ਦਾ ਈਸਟ, ਵੀ ਇਨ ਦਾ ਵੈਸਟ ਆਰ ਕੁਆਇਟ ਇਗਨੋਰੈਂਟ ਫੋਰ ਇਟ। ਭਾਈ ਤੇਜਾ ਸਿੰਘ ਜੀ, ਗਿਆਨ ਦਾ ਪ੍ਰਕਾਸ਼ ਫਿਰ ਪੂਰਬ ਵੱਲੋਂ ਹੀ ਆਵੇਗਾ, ਅਸੀਂ ਪੱਛਮੀ ਲੋਕ ਇਸ ਗੱਲ ਤੋਂ ਵਾਂਝੇ ਹਾਂ।